ਸਤਿ ਸ਼੍ਰੀ ਅਕਾਲ ਜੀ ਮੈਂ ਪੰਮੀ ਕੌਰ ਫਰੋਂ ਪੁਲਿਸ ਪਬਲਿਕ ਸਕੂਲ ਮਾਨਸਾ ਜਮਾਤ 5ਵੀਂ ਵਿਸ਼ਾ ਪੰਜਾਬੀ ਅੱਜ ਦਾ ਸਾਡਾ ਟੌਪਿਕ ਹੈ ਜੀ ਕਾਲ ਅਸੀਂ ਰੋਜ਼ਾਨਾ ਦੇ ਜੀਵਨ ਵਿੱਚ ਕਈ ਤਰ੍ਹਾਂ ਦੇ ਕੰਮਕਾਰ ਕਰਦੇ ਹਾਂ ਜਿਹੜੇ ਕੰਮ ਅਸੀਂ ਕਰ ਚੁੱਕੇ ਹੁੰਦੇ ਹਾਂ ਉਸ ਨੂੰ ਬੀਤ ਚੁੱਕੇ ਸਮੇਂ ਦੀ ਰੱਖਿਆ ਜਾਂਦਾ ਹੈ ਕੁਝ ਕੰਮ ਅਸੀਂ ਕਰ ਰਹੇ ਹੁੰਦੇ ਹਾਂ ਉਸ ਨੂੰ ਵਰਤਮਾਨ ਸਮੇਂ ਦੀ ਨਿਰਖਿਆ ਜਾਂਦਾ ਹੈ ਅਤੇ ਕੁਝ ਕੰਮ ਅਸੀਂ ਆਉਣ ਵਾਲੇ ਸਮੇਂ ਵਿੱਚ ਕਰਨੇ ਹੁੰਦੇ ਹਨ ਉਹਨਾਂ ਨੂੰ ਭਵਿੱਖ ਦੇ ਕੰਮ ਕਿਹਾ ਜਾਂਦਾ ਹੈ ਜਿਵੇਂ ਘੋੜੇ ਨੇ ਕਾ ਖਾਦਾ ਘੋੜਾ ਕਾ ਖਾਂਦਾ ਹੈ ਘੋੜਾ ਕਾ ਖਾਵੇਗਾ ਇਹਨਾਂ ਵੱਖ-ਵੱਖ ਸਮਿਆਂ ਵਿੱਚ ਵਾਪਰੀ ਕਿਰਿਆ ਨੂੰ ਕਾਲ ਕਿਹਾ ਜਾਂਦਾ ਹੈ ਕਾਲ ਦੀ ਪਰਿਭਾਸ਼ਾ ਕਿਰਿਆ ਦੇ ਜਿਸ ਰੂਪ ਤੋਂ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਚੱਲਦਾ ਹੈ ਉਸ ਨੂੰ ਕਾਲ ਕਿਹਾ ਜਾਂਦਾ ਹੈ ਕਾਲ ਦੀਆਂ ਕਿਸਮਾਂ ਕਾਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਜੀ ਤਿੰਨ ਕਾਲ ਦੀ ਸਭ ਤੋਂ ਪਹਿਲੀ ਕਿਸਮ ਹੈ ਭੂਤਕਾਲ ਜਦੋਂ ਕਿਸੇ ਕਿਰਿਆ ਦਾ ਕੰਮ ਬੀਤ ਚੁੱਕੇ ਸਮੇਂ ਵਿੱਚ ਹੋਇਆ ਹੋਵੇ ਉਸ ਸਮੇਂ ਨੂੰ ਭੂਤਕਾਲ ਕਿਹਾ ਜਾਂਦਾ ਹੈ ਜਿਵੇਂ ਕੁੱਤੇ ਨੇ ਰੋਟੀ ਖਾਧੀ ਮਨਜੀਤ ਨੇ ਸਕੂਲ ਦਾ ਕੰਮ ਕੀਤਾ ਮਾਲੀ ਨੇ ਪੌਦਿਆਂ ਨੂੰ ਪਾਣੀ ਦਿੱਤਾ ਇਹਨਾਂ ਸਾਰੇ ਵਾਕਾਂ ਦੇ ਵਿੱਚ ਕੀ ਹੈ ਇਹ ਕੰਮ ਹੋ ਚੁੱਕਿਆ ਬੀਤ ਚੁੱਕੇ ਸਮੇਂ ਦੇ ਵਿੱਚ ਜਿੱਥੇ ਬੀਤ ਚੁੱਕੇ ਸਮੇਂ ਦੀ ਗੱਲ ਹੁੰਦੀ ਹੈ ਉਹ ਹੁੰਦਾ ਹੈ ਭੂਤਕਾਲ ਅਗੇ دوسری ਕਿਸਮ ਹੈ ਵਰਤਮਾਨ ਕਾਲ ਜਦੋਂ ਕਿਸੇ ਕਿਰਿਆ ਦਾ ਕੰਮ ਚੱਲ ਰਹੇ ਸਮੇਂ ਵਿੱਚ ਹੁੰਦਾ ਹੈ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ ਪਹਿਲਾਂ ਗੱਲ ਕੀਤੀ ਸੀ ਆਪਾਂ ਬੀਤ ਚੁੱਕੇ ਸਮੇਂ ਦੀ ਹੁਣ ਕਰ ਰਹੇ ਆਂ ਚੱਲ ਰਹੇ ਸਮੇਂ ਦੀ ਜਿਵੇਂ ਕੁੱਤਾ ਰੋਟੀ ਖਾ ਰਿਹਾ ਹੈ ਮਨਜੀਤ ਸਕੂਲ ਦਾ ਕੰਮ ਕਰ ਰਿਹਾ ਹੈ। ਮਾਲੀ ਪੌਦਿਆਂ ਨੂੰ ਪਾਣੀ ਦੇ ਰਿਹਾ ਹੈ। ਇਹਨਾਂ ਦੇ ਵਿੱਚ ਤਿੰਨੇ ਵਾਕਾਂ ਦੇ ਵਿੱਚ ਕੰਮ ਚੱਲ ਰਿਹਾ ਹੈਗਾ। ਇਹਦੇ ਵਿੱਚ ਹੋ ਚੁੱਕਿਆ ਸੀ, ਭੂਤਕਾਲ ਦੇ ਵਿੱਚ, ਵਰਤਮਾਨ ਕਾਲ ਦੇ ਵਿੱਚ ਕੰਮ ਜਾਰੀ ਹੈ, ਹਲੇ ਕੀਤਾ ਜਾ ਰਿਹਾ ਹੈ। ਅੱਗੇ ਕਿਸਮੇ ਤੀਜੀ ਭਵਿਕਤ ਕਾਲ ਕਿਸੇ ਕਿਰਿਆ ਦਾ ਕੰਮ ਜਦੋਂ ਆਉਣ ਵਾਲੇ ਸਮੇਂ ਵਿੱਚ ਹੋਣਾ ਹੋਵੇ ਉਸ ਨੂੰ ਭਵਿਕਤ ਕਾਲ ਕਿਹਾ ਜਾਂਦਾ ਹੈ ਜਿਵੇਂ ਕੁੱਤਾ ਰੋਟੀ ਖਾਵੇਗਾ ਮਨਜੀਤ ਸਕੂਲ ਦਾ ਕੰਮ ਕਰੇਗਾ ਮਾਲੀ ਪੌਦਿਆਂ ਨੂੰ ਪਾਣੀ ਦੇਵੇਗਾ ਇਦੇ ਵਿੱਚ ਕੀ ਹੈ ਕੰਮ ਨਾ ਤਾਂ ਹੋ ਚੁੱਕਿਆ ਤੇ ਨਾ ਹੀ ਹੋ ਰਿਹਾ ਸਗੋਂ ਇਹ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਇਹਨਾਂ ਤਿੰਨਾਂ ਵਾਕਾਂ ਦੇ ਵਿੱਚ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਇਸ ਲਈ ਇਹਦੇ ਵਿੱਚ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਗਈ ਇਸੇ ਕਰਕੇ ਕਿਹੜੇ ਵਾਕ ਦੀ ਕਿਸਮ ਹੈ ਭਵਿੱਖਤ ਕਾਲ ਹੁਣ ਆਪਾਂ ਇਸ ਨਾਲ ਰਿਲੇਟਡ ਕੁਝ ਬਹੁ ਵਿਕਲਪੀ ਪ੍ਰਸ਼ਨ ਕਰਦੇ ਆਂ ਕਾਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ 2 3 4 ਕਿੰਨੀਆਂ ਹੁੰਦੀਆਂ ਨੇ ਜੀ 3 ਜਦੋਂ ਕਿਸੇ ਕਿਰਿਆ ਦਾ ਕੰਮ ਬੀਤ ਚੁੱਕੇ ਸਮੇਂ ਵਿੱਚ ਹੋਇਆ ਹੋਵੇ ਉਸ ਨੂੰ ਕਹਿੰਦੇ ਹਨ ਬੀਤ ਚੁੱਕੇ ਸਮੇਂ ਦੀ ਗੱਲ ਹੋਈ ਹੈ ਤਾਂ ਉਸ ਨੂੰ ਕੀ ਕਹਿੰਦੇ ਨੇ ਭੂਤਕਾਲ ਅਪਾ ਪਹਿਲਾਂ ਕਰ ਚੁੱਕੇ ਆ ਜਦੋਂ ਕਿਸੇ ਕਿਰਿਆ ਦਾ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੋਵੇ ਉਸ ਨੂੰ ਕਹਿੰਦੇ ਹਨ ਜਦੋਂ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਗਈ ਹੋਵੇ ਤਾਂ ਕਿਹੜੇ ਕਿਸਮ ਦੀ ਗੱਲ ਕਰਦੇ ਆਂ ਆਪਾਂ ਭਵਿੱਖਤ ਕਾਲ ਜਾਂ ਭਵਿੱਖ ਕਾਲ ਅੱਗੇ ਹੇਠ ਲਿਖੇ ਵਾਕਾਂ ਵਿੱਚੋਂ ਕਾਲ ਦੀ ਕਿਸਮ ਦੱਸੋ ਵਾਕ ਨੂੰ ਪੜ੍ਹ ਕੇ ਦੱਸਣਾ ਆਪਾਂ ਕਿ ਇਹ ਕਾਲ ਦੀ ਕਿਹੜੀ ਕਿਸਮ ਹੈ ਇਸ ਤਰ੍ਹਾਂ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਜਿਵੇਂ ਧੋਬਣ ਕੱਪੜੇ ਧੋ ਰਹੀ ਹੈ ਧੋ ਰਹੀ ਹੈ ਮਤਲਬ ਕੰਮ ਕੀਤਾ ਜਾ ਰਿਹਾ ਹੈ ਇਸੇ ਕਰਕੇ ਇਹਨੂੰ ਅਸੀਂ ਕਹਾਂਗੇ ਵਰਤਮਾਨ ਕਾਲ ਬੱਚਿਆਂ ਨੇ ਦੌੜ ਲਗਾਈ ਮਤਲਬ ਦੌੜ ਲਗਾ ਚੁੱਕੇ ਨੇ ਇਸ ਤੋਂ ਪਹਿਲਾਂ ਬੱਚੇ ਨੇ ਕੰਮ ਕੀਤਾ ਜਾ ਚੁੱਕਿਆ ਤਾਂ ਬੀਤ ਚੁੱਕੇ ਸਮੇਂ ਦੀ ਗੱਲ ਹੋਈ ਹੈ ਬੀਤ ਚੁੱਕਿਆ ਸਮਾਂ ਕਿਹਦੀ ਆਧਾਰ ਨੂੰ ਦੀਏ ਭੂਤਕਾਲ ਮੇਰਾ ਭਰਾ ਕੱਲ ਦਿੱਲੀ ਜਾਵੇਗਾ ਕਿਹੜਾ ਕਾਲ ਹੈ ਭਵਿਕਤ ਕਾਲ ਮਤਲਬ ਕੱਲ ਕੰਮ ਕੀਤਾ ਜਾਵੇਗਾ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੋਊਗਾ ਤਾਂ ਇਸੇ ਕਰਕੇ ਕੀ ਹੈ ਭਵਿਕਤ ਕਾਲ ਇਸ ਤਰ੍ਹਾਂ ਤੁਹਾਨੂੰ ਹੋਰ ਵੀ ਵਾਕ ਲਿਖ ਕੇ ਉਹਨਾਂ ਤੋਂ ਪੁੱਛਿਆ ਜਾ ਸਕਦਾਗਾ ਤੁਸੀਂ ਆਪਣੇ ਆਪ ਦੇਖਣਾ ਜੇਕਰ ਬੀਤ ਚੁੱਕੇ ਸਮੇਂ ਦੀ ਗੱਲ ਕੀਤੀ ਗਈ ਹੈ ਤਾਂ ਉਹ ਵਾਕ ਭੂਤਕਾਲ ਹੋਵੇਗਾ ਜੇਕਰ ਚੱਲ ਰਹੇ ਸਮੇਂ ਦੀ ਗੱਲ ਕੀਤੀ ਗਈ ਹੈ ਤਾਂ ਜਾਂ ਕੰਮ ਹੋ ਰਿਹਾ ਹਲੇ ਜਾਰੀ ਹੈ ਕੰਮ ਤਾਂ ਕੀ ਹੋਵੇਗਾ ਵਰਤਮਾਨ ਕਾਲ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਦੇ ਹੋਣ ਦੀ ਗੱਲ ਕੀਤੀ ਗਈ ਹੈ ਦਾ ਬeweg ਕਾਲ ਇਹ ਸੀ ਸਾਡਾ ਅੱਜ ਦਾ ਟੌਪਿਕ ਕਾਲ ਇਸ ਨੂੰ ਵੀਡੀਓ ਨੂੰ ਚੰਗੀ ਤਰ੍ਹਾਂ 2-3 ਵਾਰ ਦੇਖ ਲੈਣਾ ਕੱਲ ਤੁਹਾਡੇ ਰੂਬਰੂ ਇੱਕ ਨਵੀਂ ਵੀਡੀਓ ਲੱਗੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ